जिथे भाषा विभाग द्वारा पंजाबी भाषा हफ्ता मनाया गया उत्थे ही इस प्रोग्राम के आखिरी दिन कैबिनेट मंत्री तृप्त रजिंदर बाजवा प्रोग्राम विच पहुंचे। संपादकों के सवाल का जवाब देते हुए भाजपा ने दसिया कि पंजाबी यूनिवर्सिटी सेंट्रल लाइब्रेरी और भाषा विभाग कैप्टन अमरिंदर सिंह के परिवार की देन है। इसकी आर्थिक हालत और इसकी संभाल लई मुख्यमंत्री कैप्टन अमरिंदर सिंह भी चिंतित हैं और वो इसके लिए काम भी करेंगे। भाजपा ने किसान अंदोलन के सवाल उत्ते जवाब देते हुए कहा कि पंजाब कांग्रेस सरकार किसानों के नाल है। कैप्टन अमरिंदर सिंह समय समय उत्ते केंद्र की मोदी सरकार नाल किसानों के हक लई गल कर रही है। केंद्र सरकार जो हुण किसानों नूं 3 दिसंबर की मीटिंग का समा दे रही है, जेकर सरकार चाहती तो उन्होंने पहला भी समा दे के गलबात की जा सकती सी। अज भाषा विभाग ने जिहड़ा सप्ताह मनाया सी पंजाबी भाषा का, उहदा अज अंसी खीर सी। पंजाबी किवें वधाउणी है, पंजाबी भाषा का विस्तार किवें करना, उसी साडी उह सप्ताह मनाया सी, उह अज खत्म होया, उह मनाउण आए हां। ते जिहड़े पुरस्कार रहिंदे सी देण वाले जिहड़े चंगे राइटर सी उहनां नूं पुरस्कार देण आए। ਇੱਕ ਮੰਤਰੀ ਸਾਹਿਬ ਤੁਸੀਂ ਭਾਸ਼ਣ 'ਚ ਕਿਹਾ ਹੈਗਾ ਜਿਹੜਾ ਭਾਸ਼ਾ ਭਵਨ ਲਾਇਬ੍ਰੇਰੀ ਹੈ ਅਤੇ ਜਿਹੜਾ ਯੂਨੀਵਰਸਿਟੀ ਹੈਗੀ ਹੈ ਇਹਦਾ ਮਿਆਰ ਕੀ? ਬਿਲਕੁਲ ਜੀ, ਕੈਪਟਨ ਸਾਹਿਬ ਬੜੇ ਚਿੰਤਤ ਨੇ ਇਹਨਾਂ ਤਿੰਨਾਂ ਚੀਜ਼ਾਂ ਵਾਸਤੇ, ਪੰਜਾਬੀ ਯੂਨੀਵਰਸਿਟੀ ਨੇ ਵੀ ਵਾਸਤੇ, ਭਾਸ਼ਾ ਵਿਭਾਗ ਦੇ ਵਾਸਤੇ ਵੀ ਅਤੇ ਲਾਇਬ੍ਰੇਰੀ ਸੈਂਟਰ ਲਾਇਬ੍ਰੇਰੀ ਵਾਸਤੇ। ਉਹ ਇਹਨਾਂ ਬਾਰੇ ਛੇਤੀ ਫੈਸਲਾ ਲੈਣ ਵਿੱਚ ਇਹਨਾਂ ਨੂੰ ਮੰਨਿਆ ਹੈਗਾ ਤੁਸੀਂ? ਕਿਉਂ ਪਟਿਆਲਾ ਨਾ ਸੀ ਐਮ ਸਾਹਿਬ ਨੇ, ਉਹਨਾਂ ਦੇ ਪਰਿਵਾਰ ਨੇ ਬਣਾਏ ਨੇ, ਅਤੇ ਉਹਨਾਂ ਨੇ ਹੀ ਬਚਾਉਣੇ ਨੇ। ਉਹ ਕਮਿਟਡ ਨੇ ਇਸ ਗੱਲ 'ਤੇ, ਉਹਨਾਂ ਨੂੰ ਆਪਣੀ ਫਰਜ਼ ਦਾ ਪਤਾ ਵਾ, ਤੇ ਉਹ ਛੇਤੀ ਇਹਦਾ ਹੱਲ ਹੋ ਜਾਏਗਾ। ਫੰਡਿੰਗ ਦੀ ਲੋੜ ਫਿਰ ਵਿੱਤ ਮੰਤਰੀ? ਫੰਡਿੰਗ ਦੀ ਲੋੜ ਹੋਏਗੀ ਜੀ, ਫੰਡਿੰਗ ਵੀ ਹੋਏਗੀ। ਸੀ ਐਮ ਸਾਹਿਬ ਥੱਲੇ ਹੀ ਸਾਰਾ ਕੁਝ ਵਿੱਤ ਆਏਗਾ, ਸਾਰਾ ਡਿਪਾਰਟਮੈਂਟ ਸੀ ਐਮ ਸਾਹਿਬ ਦੇ ਨੇ। ਸੋ ਉਹ ਇਸ ਗੱਲ ਦੇ ਚਿੰਤਾ ਤੇ ਇਹ ਤਿੰਨੇ ਚੀਜ਼ਾਂ ਚੱਲਦੀਆਂ ਰਹਿਣਗੀਆਂ, ਸੀ ਐਮ ਸਾਹਿਬ ਇਹਨੂੰ ਬੰਦ ਨਹੀਂ ਹੋਣ ਦੇਣਗੇ। ਇੱਕ ਮੰਤਰੀ ਸਾਹਿਬ, ਜਿਵੇਂ ਆਪਾਂ ਕਿਸਾਨ ਜਾ ਰਹੇ ਨੇ ਦਿੱਲੀ ਵੱਲ ਕੂਚ ਕਰ ਰਹੇ ਨੇ, ਵੈਗਟ ਤੋੜੀ ਜਾ ਰਹੇ ਨੇ, ਇੱਦਾਂ ਇਹ ਨਹੀਂ ਵੀ ਪੰਜਾਬ ਸਰਕਾਰ ਨੇ ਸੈਂਟਰ ਨਾਲ ਗੱਲਬਾਤ ਨਹੀਂ ਕੀਤੀ, ਕਿਸਾਨਾਂ ਨੂੰ ਮਜਬੂਰ ਹੋ ਜਾਣਾ ਪਿਆ, ਇੱਦਾਂ ਦਾ ਕੋਈ? ਨਹੀਂ ਜੀ, ਇਹੋ ਜਿਹੀ ਤਾਂ ਗੱਲ ਨਹੀਂ ਗਏ, ਬਿਲਕੁਲ ਗੈਪਿੰਗ ਨਹੀਂ। ਹੁਣ ਸੀ ਐਮ ਸਾਹਿਬ ਤਾਂ ਟਾਈਮ ਮੰਗਦੇ ਰਹੇ ਨੇ, ਮੋਦੀ ਸਾਹਿਬ ਕੋਈ ਮੰਗਿਆ ਵਾ, ਹੋਮ ਮਿਨਿਸਟਰ ਕੋਈ ਮੰਗਿਆ ਵਾ, ਇੱਦਾਂ ਦੀ ਖਬਰ ਆਈ ਸੀ ਵੀ ਮੰਗਿਆ ਹੀ ਨਹੀਂ ਗਿਆ? ਨਹੀਂ ਜੀ, ਕਿੱਥੇ ਲਿਖਿਆ ਜੀ, ਕਿੱਥੇ ਲਿਖਿਆ, ਤਾਂ ਐਵੇਂ ਹੀ ਗੱਲਾਂ ਕਰੀ ਜਾਂਦੇ ਨੇ। ਬਿਲਕੁਲ ਟਾਈਮ ਮੰਗਿਆ, ਉਹ ਟਾਈਮ ਮਿਲਿਆ ਨਹੀਂਗਾ। ਹਾਂਜੀ, ਸੋ ਜੋ ਅਸੀਂ ਪੰਜਾਬ ਸਰਕਾਰ ਕੈਪਟਨ ਸਾਹਿਬ ਕਰ ਸਕਦੇ, ਅਸੈਂਬਲੀ ਸਭ ਕੁਛ ਕੀਤਾ, ਫੌਜ ਵੀ ਨਾਲ ਆ, ਕਿਸਾਨਾਂ ਦੇ ਨਾਲ ਆ, ਕਿਸਾਨਾਂ ਨਾਲ ਹੀ ਖਲੋਣਾ। ਮੰਤਰੀ ਸਾਹਿਬ, ਰਾਜਨੀਤਿਕ ਪਾਰਟੀ ਦਾ ਕੋਈ ਨੁਮਾਇੰਦਾ ਕਿਸਾਨਾਂ ਦੇ ਨਾਲ ਦਿੱਲੀ ਨਹੀਂ ਗਿਆ ਹੈਗਾ? ਉਹ ਤਾਂ ਜੀ ਆਪਣੀ ਏਜ ਮੁਤਾਬਕ ਸਾਰਿਆਂ ਜਾਣਾ ਵਾ, ਗਏ ਨੇ ਵਿੱਚ ਵਿੱਚ, ਕਈ ਸਾਡੇ ਰਾਜੇ ਵੜਿੰਗੋਰੀ ਦੂਜੇ ਤੀਜੇ ਸਾਰੇ ਉੱਥੇ ਰੈਸਟ ਹੋਏ ਨੇ, ਸਾਥੀ ਗਏ ਨੇ, ਅਤੇ ਰਾਜਨੇਤਾ ਦੀ ਕਿਹੜੀ ਗੱਲ ਹੈਗੀ? ਉਹਨਾਂ ਨੇ ਪ੍ਰਦਰਸ਼ਨ ਨਹੀਂ ਕੀਤਾ, ਸਮਝ ਜਾ ਕੇ ਗੱਡੀਆਂ 'ਚ ਜਾ ਕੇ ਆਪਣੀ ਗ੍ਰਿਫਤਾਰੀ? ਪ੍ਰਦਰਸ਼ਨ ਕਰਨ ਦਾ ਤਾਂ 26 ਤਰੀਕ ਦਾ ਵੇਲਾ ਸੀ ਨਾ, ਉਦੋਂ ਪਹਿਲਾਂ ਫੜੇ ਗਏ, 'ਚ ਕੋਈ ਗੱਲ ਨਹੀਂ, ਦੁਨੀਆਂ ਜਾ ਰਹੀ ਹੈ, ਸਾਡੇ ਵਰਕਰ ਸਾਡੇ ਸਾਥੀ ਸਭ ਜਾ ਰਹੇ ਨੇ। ਮੰਤਰੀ ਸਾਹਿਬ, ਖਹਿਰਾ ਸਾਹਿਬ ਅਤੇ ਢੀਂਡਸਾ ਜੀ ਨੇ ਰਾਜਨੀਤਿਕ ਚਮਕਾਉਣ ਵਾਸਤੇ ਉੱਥੇ ਆਪਣੀ ਗ੍ਰਿਫਤਾਰੀ ਦਿੱਤੀ ਹੈ? ਚਲੋ ਜੀ, ਆਪਣੀ ਸੋਚ ਹੈ, ਕੀ ਗੱਲ ਹੈ, ਅਗਲਿਆਂ ਨੇ ਆਪਣਾ ਪਾਰਟੀਸਪੇਟ ਕਰਨ ਦੀ ਗੱਲ ਕੀਤੀ, ਆਪਣਾ ਤਰੀਕਾ ਵਾ। ਸਰ, 3 ਤਰੀਕ ਦਾ ਟਾਈਮ ਦੇ ਰਹੇ ਕ੍ਰਿਸ਼ੀ ਮੰਤਰੀ ਹੁਣ ਕਿਸਾਨਾਂ ਨੂੰ, ਕੀ ਲੱਗਦਾ ਇਸ ਤੋਂ ਪਹਿਲਾਂ ਦੇਣਾ ਚਾਹੀਦਾ ਸੀ ਜੀ? ਬਿਲਕੁਲ ਹੋਣਾ ਚਾਹੀਦਾ ਸੀ, ਜਿਹੜੇ ਅੱਜ ਬਦਮਜ਼ਗੀ ਪੈਦਾ ਹੋਈ ਹੈ ਹਰਿਆਣੇ 'ਚ, ਨੰਗਿਆਂ ਨਹੀਂ ਦਿੱਤਾ ਜਾ ਰਿਹਾ, ਉਹ ਨਹੀਂ ਸੀ ਹੋਣਾ, ਉਹ ਪਹਿਲਾਂ ਸੱਦ ਲੈਂਦੇ, ਗੱਲ ਕਰ ਲੈਂਦੇ, ਔਰ ਗੱਲਬਾਤ ਰਾਹੀਂ ਗੱਲ ਮੁੱਕਣੀ ਹੈ, ਕੋਈ ਇਹਨਾਂ ਨੂੰ ਗਰੰਟੀ ਦੇਣ, ਕੋਈ ਦੱਸਣ ਵੀ ਕਿਉਂ ਕੀਤਾ ਜਾਂ ਕੀ ਇਹਦਾ ਹੈ। ਸੋ ਇੱਕ ਜਿਹਦੇ 'ਚ ਵੜੇ ਪਏ ਨੇ ਸੈਂਟਰ ਸਰਕਾਰ ਵਾਲੇ, ਜਿਹੜਾ ਉਹਨਾਂ ਨੂੰ ਨਹੀਂ ਚਾਹੀਦਾ। ਅੱਜ ਵੀ ਪਾਣੀ ਦੀ ਇਸ਼ਾਰਾ ਕਰ ਰਹੇ ਜੀ ਕਿਸਾਨਾਂ ਦੇ ਉੱਪਰ, ਗੱਲਬਾਤ ਲਈ ਸੈਂਟਰ ਨੂੰ ਦਬਾਅ ਬਣਾਉਣ ਵਾਸਤੇ ਕੋਈ ਹੁਣ ਲੇਟੈਸਟ ਸਟ੍ਰੈਟਜੀ ਕੋਈ ਬਣ ਰਹੀ ਹੈ? ਇਹ ਸੀ ਐਮ ਸਾਹਿਬ ਆਪਣੇ ਤੌਰ ਤੇ ਕਰਦੇ ਹੋਣਗੇ, ਇਹ 'ਚ ਪਬਲਿਕਲੀ ਗੱਲਾਂ ਕਰਨ ਦੀ ਲੋੜ ਹੈ, ਸੀ ਐਮ ਸਾਹਿਬ ਲਗਨ ਤੇ ਲੱਗੇ ਹੋਏ ਨੇ। ਕਿਸਾਨਾਂ ਦੇ ਉੱਪਰ ਪਾਣੀ ਦੀ ਇਸ਼ਾਰਾ ਕੀਤੀ ਜਾ ਰਹੀ ਹੈ ਹੁਣ, ਇਹ ਗਲਤ ਗੱਲ ਹੈ ਜੀ, ਗਲਤ ਗੱਲ ਹੈ। ਸੈਂਟ ਹਰਿਆਣੇ ਨੂੰ GT ਰੋਡ ਆ, ਹਰ ਇੱਕ ਦਾ ਰਾਈਟ ਹੈ, ਨੈਸ਼ਨਲ ਹਾਈਵੇ ਆ, ਨੰਗਣ ਦੇਣਾ ਚਾਹੀਦਾ। ਨਾਲੇ ਇਹ ਜਥੇਬੰਦੀਆਂ ਨੇ ਬੜਾ ਪੀਸਫੁਲੀ ਸਾਰਾ ਪ੍ਰੋਗਰਾਮ ਰੱਖਿਆ, ਅੱਜ ਤੱਕ ਪੰਜਾਬ 'ਚ ਕੋਈ ਇਹੋ ਜਿਹੀ ਵਾਰ ਦਾ ਗੱਲ ਮਾੜੀ ਘਟਨਾ ਨਹੀਂ ਹੋਈ। ਇਹ ਉਹਨਾਂ ਜਥੇਬੰਦੀਆਂ ਨੂੰ ਕ੍ਰੈਡਿਟ ਜਾਂਦਾ, ਉਹ ਪੀਸਫੁਲੀ ਜਾ ਰਹੇ ਨੇ, ਉਹਨਾਂ ਉੱਥੇ ਵੀ ਪੀਸਫੁਲ ਰਹਿਣਾ, ਉਹਨਾਂ ਨੂੰ ਰੋਕਣਾ ਗਲਤ ਗੱਲ ਹੈ। ਪ੍ਰਾਈਮ ਮੁਦੇ ਲਈ ਪਟਿਆਲਾ ਤੋਂ ਦਮਨਪ੍ਰੀਤ ਸਿੰਘ ਦੀ ਰਿਪੋਰਟ।